ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਦਿੱਗੀ ਜੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕੱਲ ਸਾਡੇ ਜਿਹੜੇ ਹੈ ਨੇ ਜੀ ਚੀਫ ਮੈਡੀਕਲ ਅਫੀਸਰ ਡਾਕਟਰ ਦੀਨਾ ਹੰਸ਼ਾ ਉਹਨਾਂ ਨੇ ਔਰ ਐਜੂਕੇਸ਼ਨ ਮਨਿਸਟਰ ਐਡਰੀਅਨ ਲਗਰਾਹ ਹੁਰਾ ਨੇ ਦੱਸੀ ਹੈ ਜੀ ਭਈ ਜਿਹੜੇ ਬੱਚੇ ਆ ਉਹ 10 ਤਰੀਕ ਤੋਂ ਮੁੜ ਕੇ ਦੁਬਾਰਾ ਇਨ ਕਲਾਸ ਸਕੂਲਾਂ ਵਿੱਚ ਜਾ ਸਕਣਗੇ ਪਰ ਹੁਣ ਉਸ ਗੱਲ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਔਰ ਜਿਹੜੀ ਟੀਚਰਜ਼ ਯੂਨੀਅਨ ਆ ਉਹ ਉਹਨਾਂ ਦੇ ਵੱਖਰੇ ਮਤ ਭੇਜ ਦਿਆ ਜੀ ਟੀਚਰਜ਼ ਕੁਝ ਮਤਲਬ ਜਿਹੜੇ ਸੌਰੀ ਜਿਹੜੇ ਪੇਰੈਂਟਸ ਆ ਕੁਝ ਇੱਕ ਬੱਚਿਆਂ ਦੇ ਉਹ ਕਹਿੰਦੇ ਆ ਭਈ ਇਹ ਟੂ अर्ਲੀ ਆ ਇਸ ਤਰ੍ਹਾਂ ਜਿਹੜਾ ਸਰਕਾਰ ਕਹਿ ਰਹੀ ਆ ਭਈ ਹੁਣੇ ਬੱਚੇ ਜਿਹੜੇ ਆ ਜਾ ਸਕਦੇ ਸਕੂਲ ਵਿੱਚ ਉਹ ਕਹਿੰਦੇ ਇਦਾਂ ਲੱਗਦਾ ਆ ਭਈ ਜਿਵੇਂ ਅਸੀਂ ਬੱਚਿਆਂ ਨੂੰ ਕੋਵਿਡ ਸੂਪ ਦੇ ਵਿੱਚ ਭੇਜ ਰਹੇ ਹੋਈਏ ਉਹ ਕਹਿੰਦੇ ਵੀ ਸਾਨੂੰ ਹੋਰ ਇੰਤਜ਼ਾਰ ਕਰ ਲੈਣਾ ਚਾਹੀਦਾ ਸੀਗਾ ਤਦ ਤੱਕ ਸਕੂਲਾਂ ਦੇ ਵਿੱਚ ਪ੍ਰੋਪਰ ਜਿਹੜਾ ਸੇਫਟੀ ਦਾ ਇਕੁਪਮੈਂਟ ਆ ਉਹ ਦਿੱਤਾ ਜਾ ਸਕੇ ਤਾਂ ਕਿ ਬੱਚੇ ਉੱਥੇ ਸੇਫ ਰਹਿ ਸਕਣ ਉਹ ਕਹਿੰਦੇ ਵੀ ਜ਼ਰੂਰੀ ਨਹੀਂ ਬੱਚੇ ਜਿਹੜੇ ਆ ਉਹ ਠੀਕ ਆ ਕੋਰਸ ਕਰਨਾ ਚਾਹੁੰਦੇ ਨੇ ਆਪਣਾ ਸਕੂਲ ਇਅਰ ਫਿਨਿਸ਼ ਕਰਨਾ ਚਾਹੁੰਦੇ ਆ ਉਹ ਘਰੋਂ ਵੀ ਕਰ ਸਕਦੇ ਆ ਪਰ ਏਡੀ ਸਾਨੂੰ ਕਾਲ ਨਹੀਂ ਕਰੀ ਕਈ ਦੂਸਰੇ ਪਾਸੇ ਕੁਝ ਪੇਰੈਂਟ ਸਿਆ ਉਹ ਇਹ ਕਹਿ ਰਿਹਾ ਜੀ ਵੀ ਦੇਖੋ ਮੇਰੇ ਬੱਚੇ ਉਹ ਕਹਿੰਦੇ ਵੀ ਜਾਣੇ ਚਾਹੀਦੇ ਆ ਉਹ ਜਾਣਾ ਚਾਹੁੰਦੇ ਆ ਸਕੂਲ ਦੇ ਵਿੱਚ ਇੰਨੀ ਖਤਰੇ ਵਾਲੀ ਗੱਲ ਨਹੀਂ ਹੈ ਬੱਚੇ ਇੰਨੇ ਬਿਮਾਰ ਨਹੀਂ ਹੋਏ ਇਸ ਤਰ੍ਹਾਂ ਦੀਆਂ ਗੱਲਾਂ ਔਰ ਉਹ ਕਹਿੰਦੇ ਵੀ ਜਿਹੜਾ ਓਮੀਕਰੋਨ ਵੇਰੀਐਂਟ ਹੈਗਾ ਵੀ ਇਹਦੇ ਬੜੇ ਮਾਈਲਡ ਸਿੰਪਟਮਸ ਹੈਗੇ ਆ ਹੁਣ ਇਹਦੇ ਨਾਲ ਕੀ ਆ ਵੀ ਗਾਂ ਨੂੰ ਹੌਲੀ ਹੌਲੀ ਇਹ ਆਮ ਜੀ ਗੱਲ ਹੋ ਜਾਣੀ ਆ ਤੇ ਸਾਨੂੰ ਉਹ ਕਹਿੰਦੇ ਵੀ ਬੱਚਿਆਂ ਨੂੰ ਉੱਥੇ ਭੇਜਣਾ ਚਾਹੀਦਾ ਜਦੋਂ ਕਿ ਜਿਹੜੀ ਟੀਚਰਸ ਐਸੋਸੀਏਸ਼ਨ ਆ ਉਹਦੇ ਪ੍ਰੈਜ਼ੀਡੈਂਟ ਜਿਹੜੇ ਨੇ ਮਿਸਟਰ ਸ਼ੇਲਿੰਗ ਹੋਰੀ ਉਹ ਕਹਿ ਰਿਹਾ ਵੀ ਸਰਕਾਰ ਨੇ ਜਿਹੜੀ ਸਕੂਲਾਂ ਨੂੰ ਸੇਫ ਬਣਾਉਣ ਲਈ ਹਜੇ ਪੂਰੀ ਜਿਹੜੀ ਹੈ ਜੀ ਸਪੋਰਟ ਨਹੀਂ ਦਿੱਤੀ ਇਸ ਕਰਕੇ ਉਹ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਪਰ 10 ਤਰੀਕ ਤੋਂ ਐਜੂਕੇਸ਼ਨ ਮਨਿਸਟਰ ਲਾਗਰਾਹ ਹੋਰਾਂ ਨੇ ਕਹਿ ਦਿੱਤਾ ਜੀ ਕਿ ਬੱਚੇ ਜਿਹੜੇ ਆ ਇਨ ਕਲਾਸ ਜਾ ਕੇ ਉੱਥੇ ਐਜੂਕੇਸ਼ਨ ਲੈ ਸਕਦੇ ਆ ਪਰ ਉਹਨਾਂ ਨੂੰ 마ਸਕ ਪਾਉਣੇ ਪੈਣਗੇ ਅ ਕੱਲ ਸਾਡੇ ਜਿਹੜੇ ਹੈ ਨੇ ਜੀ ਚੀਫ ਮੈਡੀਕਲ ਆਫੀਸਰ ਡਾਕਟਰ ਦੀਨਾ ਹੇਨਸ਼ਾ ਉਹਨਾਂ ਨੇ ਔਰ ਐਜੂਕੇਸ਼ਨ ਮਨਿਸਟਰ ਐਡਰੀਅਨ ਲਗਰਾਹੁਰਾ ਨੇ ਦੱਸੀ ਹੈ ਜੀ ਭਈ ਜਿਹੜੇ ਬੱਚੇ ਆ ਉਹ 10 ਤਰੀਕ ਤੋਂ ਮੁੜ ਕੇ ਦੁਬਾਰਾ ਇਨ ਕਲਾਸ ਸਕੂਲਾਂ ਵਿੱਚ ਜਾ ਸਕਣਗੇ ਪਰ ਹੁਣ ਉਸ ਗੱਲ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਔਰ ਜਿਹੜੀ ਟੀਚਰਜ਼ ਯੂਨੀਅਨ ਆ ਉਹ ਉਹਨਾਂ ਦੇ ਵੱਖਰੇ ਮਤ ਭੇਜਿਆ ਜੀ ਟੀਚਰਜ਼ ਕੁਝ ਮਤਲਬ ਜਿਹੜੇ ਸੌਰੀ ਜਿਹੜੇ ਪੇਰੈਂਟਸ ਆ ਕੁਝ ਇੱਕ ਬੱਚਿਆਂ ਦੇ ਉਹ ਕਹਿੰਦੇ ਆ ਭਈ ਇਹ ਟੂ अर्ਲੀ ਆ ਇਹ ਇਸ ਤਰ੍ਹਾਂ ਜਿਹੜਾ ਸਰਕਾਰ ਕਹਿ ਰਹੀ ਆ ਭਈ ਹੁਣੇ ਬੱਚੇ ਜਿਹੜੇ ਆ ਜਾ ਸਕਦੇ ਸਕੂਲ ਵਿੱਚ ਉਹ ਕਹਿੰਦੇ ਇਦਾਂ ਲੱਗਦਾ ਆ ਭਈ ਜਿਵੇਂ ਅਸੀਂ ਬੱਚਿਆਂ ਨੂੰ ਕੋਵਿਡ ਸੂਪ ਦੇ ਵਿੱਚ ਭੇਜ ਰਹੇ ਹੋਈਏ ਉਹ ਕਹਿੰਦੇ ਵੀ ਸਾਨੂੰ ਹੋਰ ਇੰਤਜ਼ਾਰ ਕਰ ਲੈਣਾ ਚਾਹੀਦਾ ਹੈ ਸਿਕਾ ਤਦ ਤੱਕ ਸਕੂਲਾਂ ਦੇ ਵਿੱਚ ਪ੍ਰੋਪਰ ਜਿਹੜਾ ਸੇਫਟੀ ਦਾ ਇਕੁਪਮੈਂਟ ਆ ਉਹ ਦਿੱਤਾ ਜਾ ਸਕੇ ਤਾਂ ਕਿ ਬੱਚੇ ਉੱਥੇ ਸੇਫ ਰਹਿ ਸਕਣ ਉਹ ਕਹਿੰਦੇ ਵੀ ਜ਼ਰੂਰੀ ਨਹੀਂ ਬੱਚੇ ਜਿਹੜੇ ਆ ਉਹ ਠੀਕ ਆ ਕੋਰਸ ਕਰਨਾ ਚਾਹੁੰਦੇ ਨੇ ਆਪਣਾ ਸਕੂਲ ਇਅਰ ਫਿਨਿਸ਼ ਕਰਨਾ ਚਾਹੁੰਦੇ ਆ ਉਹ ਘਰੋਂ ਵੀ ਕਰ ਸਕਦੇ ਆ ਪਰ ਏਡੀ ਸਾਨੂੰ ਕਾਲ ਨਹੀਂ ਕਰੀ ਕਈ ਦੂਸਰੇ ਪਾਸੇ ਕੁਝ ਪੇਰੈਂਟ ਸਿਆ ਉਹ ਇਹ ਕਹਿ ਰਿਹਾ ਜੀ ਵੀ ਦੇਖੋ ਮੇਰੇ ਬੱਚੇ ਉਹ ਕਹਿੰਦੇ ਵੀ ਜਾਣੇ ਚਾਹੀਦੇ ਆ ਉਹ ਜਾਣਾ ਚਾਹੁੰਦੇ ਆ ਸਕੂਲ ਦੇ ਵਿੱਚ ਇੰਨੀ ਖਤਰੇ ਵਾਲੀ ਗੱਲ ਨਹੀਂ ਹੈ ਬੱਚੇ ਇੰਨੇ ਬਿਮਾਰ ਨਹੀਂ ਹੋਏ ਇਸ ਤਰ੍ਹਾਂ ਦੀਆਂ ਗੱਲਾਂ ਔਰ ਉਹ ਕਹਿੰਦੇ ਵੀ ਜਿਹੜਾ ਓਮੀਕਰੋਨ ਵੇਰੀਐਂਟ ਹੈਗਾ ਵੀ ਇਹਦੇ ਬੜੇ ਮਾਈਲਡ ਸਿੰਪਟਮਸ ਹੈਗੇ ਆ ਹੁਣ ਇਹਦੇ ਨਾਲ ਕੀ ਆ ਵੀ ਗਾਂ ਨੂੰ ਹੌਲੀ ਹੌਲੀ ਇਹ ਆਮ ਜੀ ਗੱਲ ਹੋ ਜਾਣੀ ਆ ਤੇ ਸਾਨੂੰ ਉਹ ਕਹਿੰਦੇ ਵੀ ਬੱਚਿਆਂ ਨੂੰ ਉੱਥੇ ਭੇਜਣਾ ਚਾਹੀਦਾ ਜਦੋਂ ਕਿ ਜਿਹੜੀ ਟੀਚਰਸ ਐਸੋਸੀਏਸ਼ਨ ਆ ਉਹਦੇ ਪ੍ਰੈਜ਼ੀਡੈਂਟ ਜਿਹੜੇ ਨੇ ਮਿਸਟਰ ਸ਼ੇਰਲਿੰਗ ਹੋਰੀ ਉਹ ਕਹਿ ਰਿਹਾ ਵੀ ਸਰਕਾਰ ਨੇ ਜਿਹੜੀ ਸਕੂਲਾਂ ਨੂੰ ਸੇਫ ਬਣਾਉਣ ਲਈ ਹਜੇ ਪੂਰੀ ਜਿਹੜੀ ਹੈ ਜੀ ਸਪੋਰਟ ਨਹੀਂ ਦਿੱਤੀ ਇਸ ਕਰਕੇ ਉਹ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਪਰ 10 ਤਰੀਕ ਤੋਂ ਐਜੂਕੇਸ਼ਨ ਮਨਿਸਟਰ ਲਾਗਰਾਹ ਹੋਰਾਂ ਨੇ ਕਹਿ ਦਿੱਤਾ ਜੀ ਕਿ ਬੱਚੇ ਜਿਹੜੇ ਆ ਇਨ ਕਲਾਸ ਜਾ ਕੇ ਉੱਥੇ ਐਜੂਕੇਸ਼ਨ ਲੈ ਸਕਦੇ ਆ ਪਰ ਉਹਨਾਂ ਨੂੰ 마ਸਕ ਪਾਉਣੇ ਪਹਿਣਗੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ